ਸਤਿਗੁਰ ਜੀ ਸਾਰਿਆਂ ਨੂੰ ਸੋਨੜਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੇਕਰ ਤੁਸੀਂ ਫਿਲਮਾਂ ਨਾਟਕ ਟੀਵੀ ਸੀਰੀਜ਼ ਦੇਖਣ ਦੇ ਸ਼ਕੀਨ ਹੋ ਤਾਂ ਪਹਿਲੀ ਕਮੈਂਟ ਦੇ ਵਿੱਚ ਐਪਲੀਕੇਸ਼ਨ ਦਾ ਲਿੰਕ ਤੁਸੀਂ ਉਸ ਨੂੰ ਡਾਊਨਲੋਡ ਕਰ ਸਕਦੇ ਹੋ ਇਟਲੀ ਦੇ ਵਿੱਚ ਜਿਸ ਟਾਈਮ ਕੋਈ ਵੀ ਬੰਦਾ ਇਮੀਗ੍ਰੇਸ਼ਨ 9 ਮਹੀਨਿਆਂ ਦੀ ਧਿਆ ਦਾ ਜਾਂ ਕਿਸੇ ਤਰ੍ਹਾਂ ਦੋ ਨੰਬਰ ਇਟਲੀ ਦੇ ਵਿੱਚ ਐਂਟਰੀ ਕਰਦਾ ਉਸ ਤੋਂ ਬਾਅਦ ਉਹਦੇ ਕੋਲ ਇੱਕ ਹੀ ਰਸਤਾ ਹੁੰਦਾ ਇਟਲੀ ਦੇ ਵਿੱਚ ਉਡੀਕਣ ਦਾ ਕਿ ਮੈਂ ਪੱਕਾ ਹੋਜਾ ਕਿਉਂਕਿ ਜਿਸ ਟਾਈਮ ਅਸੀਂ 9 ਮਹੀਨੇ ਦੇ ਪੇਪਰਾਂ ਤੇ ਆਂਦੇ ਹਾਂ ਉਹਦੇ ਤੇ ਵੀ ਅਸੀਂ 70 ਤੋਂ 80% ਜਿਹੜੀ ਚਾਂਸ ਆ ਕੱਚੇ ਹੋਣਦੇ ਆ 9 ਮਹੀਨਿਆਂ ਤੋਂ ਬਾਅਦ ਅਤੇ ਉਸ ਤੋਂ ਬਾਅਦ ਜਾਂ ਇਟਲੀ ਜਾਂ ਇਟਲੀ ਤੋਂ ਬਾਅਦ ਕਿਸੇ ਹੋਰ ਦੇਸ਼ ਜਾਂ ਇਟਲੀ ਦੇ ਵਿੱਚ ਰਹਿ ਕੇ ਹੀ ਸਾਨੂੰ ਉਡੀਕਣਾ ਪੈਂਦਾ ਇਟਲੀ ਦੇ ਵਿੱਚ ਜਿਸ ਟਾਈਮ ਅਸੀਂ ਉਡੀਕਦੇ ਆ ਤਾਂ ਸਾਨੂੰ ਉਡੀਕਣਾ ਪੈਂਦਾ ਕਿ ਕੱਚਿਆਂ ਨੂੰ ਪੱਕੇ ਕਰਨ ਵਾਲੇ ਪੇਪਰ ਖੁੱਲ ਜਾਣ ਜਾਂ ਫਿਰ ਇੱਕ ਹੋਰ ਤਰੀਕਾ ਜਿਸ ਨੂੰ ਬਹੁਤ ਅਪਣਾਇਆ ਜਾ ਰਿਹਾ ਸੀ 2000 18 19 20 21 22 23 ਤੱਕ ਇਹ ਤਰੀਕਾ ਸੀ ਜੀ ਪ੍ਰੋਤੇਕਸਿਓਨ ਸਪਿਚਾਲੇ ਲੈਣ ਦਾ ਹੁਣ ਜਿਹੜੀ ਇਹ ਪ੍ਰੋਤੇਕਸਿਓਨ ਸਪਿਚਾਲੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਇਹ ਇੱਕ ਸਜ਼ੋਰ ਨੂੰ ਆ ਜਿਸ ਨੂੰ ਪਹਿਲਾਂ ਜਿਹੜੀ ਪਰਮੈਸੋ ਪਰ ਪ੍ਰੋਤੇਕਸਿਓਨ ਉਮਾਨੀ ਤਾਰੀਆ ਕਿਹਾ ਜਾਂਦਾ ਸੀ ਜਿਸ ਟਾਈਮ ਮੱਤਿਓ ਸਲਵਿਨੀ ਦਾ ਰਾਜ ਆਇਆ ਸੀ ਉਸ ਨੇ ਕਾਨੂੰਨ 2018 ਦੇ ਵਿੱਚ ਫਰਮਾਨ ਨੰਬਰ 132 ਦੇ ਨਾਲ ਇਸ ਨੂੰ ਚੇਂਜ ਕਰ ਦਿੱਤਾ ਅਤੇ ਕਿਹਾ ਕਿ ਹੁਣ ਉਮਾਨੀ ਤਾਰੀਆ ਜਿਹੜੀਆ ਹਮਦਰਦੀ ਬੇਸ ਜਿਹੜੇ ਪੇਪਰ ਆ ਉਹ ਬੰਦ ਕਰ ਦਿੱਤੇ ਜਾਂ ਇਸ ਦੀ ਜਗ੍ਹਾ ਸਿਰਫ ਪ੍ਰੋਤੇਤ ਸੋਨਿਸ ਪੇਚਾਲੇ ਦਿੱਤਾ ਜਾਵੇ 2018 ਦੇ ਵਿੱਚ ਬਣਿਆ ਕਾਨੂੰਨ ਜਿਸ ਦੇ ਹਿਸਾਬ ਦੇ ਨਾਲ ਸਿਰਫ ਤੇ ਸਿਰਫ ਬੰਦਿਆਂ ਨੂੰ ਮੈਡੀਕਲ ਬੇਸ ਤੇ ਹੀ ਇਹ ਪੇਪਰ ਮਿਲਦੇ ਸੀ ਫਿਰ ਉਸ ਤੋਂ ਬਾਅਦ ਫਰਮਾਨ 2020 ਦੇ ਵਿੱਚ 130 ਆਇਆ ਜੋ ਦੂਸਰੀ ਸਰਕਾਰ ਜਿਹੜੀ ਹੈ ਲੰਮੁਰ ਜੇਜੇ ਦੀ ਸਰਕਾਰ ਆ ਉਹਨਾਂ ਨੇ ਉਸ ਦੇ ਕਰੇਤੀ ਸਿਕੁਰਤਸਾ ਦੇ ਵਿੱਚ ਪਰਮੇਤ ਸੋ ਜਿਹੜੀ ਆ ਪ੍ਰੋਤੇਤ ਸੋਨੇ ਸਪੇਚਾਲੇ ਵਾਲੀ ਆ ਉਸ ਨੂੰ ਚੇਂਜ ਕੀਤਾ ਉਹਦੇ ਵਿੱਚ ਹੋਰ ਕੈਟੇਗਰੀਆਂ ਨੂੰ ਵੀ ਐਂਟਰ ਕੀਤਾ। ਹੁਣ ਇਹ ਕਿਹੜੀਆਂ ਕੈਟੇਗਰੀਆਂ ਜਿਹੜੀਆਂ ਐਂਟਰ ਹੋ ਸਕਦੀਆਂ? ਪ੍ਰੋਤੇਸਨਸ ਪਚਾਲੇ ਦੇ ਵਿੱਚ ਐਂਟਰ ਹੋਣ ਵਾਲੀਆਂ ਕੈਟੇਗਰੀਆਂ ਨੇ ਸਭ ਤੋਂ ਪਹਿਲਾਂ ਜੇਕਰ ਕੋਈ ਇਸੇ ਬੰਦੇ ਨੂੰ ਆਪਣੇ ਦੇਸ਼ ਦੇ ਵਿੱਚ ਖਤਰਾ ਅਜ਼ੀਲ ਲੈਣੀ ਆ ਜਾਂ ਜਿਹੜੇ ਹਿਊਮਨ ਟਰੈਫਿਕ ਦੇ ਸ਼ਿਕਾਰ ਹੁੰਦੇ ਆ। ਉਹ ਕਿਹੜੇ ਆ ਜੀ? 9 ਮਹੀਨੇ ਦੇ ਪੇਪਰ ਕੱਚੇ ਬੰਦਿਆਂ ਦੇ ਨਾਲ ਜਿਹੜੇ ਆਏ ਇਹ ਕਿਸਮ ਦੇ ਨਾਲ ਹਿਊਮਨ ਟ੍ਰਾਫਿਕਿੰਗ ਦੇ ਕੇਸ ਦੇ ਵਿੱਚ ਹੀ ਆਉਂਦੇ ਆ ਉਹ ਗੱਦਾਂ ਜੀ ਕਿਉਂਕਿ ਇੱਥੇ ਲਿਆ ਕੇ ਤੁਹਾਨੂੰ ਛੱਡ ਦਿੱਤਾ ਜਾਂਦਾ ਤੁਹਾਨੂੰ ਤੋਂ ਪੈਸੇ ਲੈ ਜਾਂਦੇ ਤੁਹਾਨੂੰ ਪੱਕਾ ਨਹੀਂ ਕਰਾਇਆ ਜਾਂਦਾ ਜਾਂ ਕੱਚੇ ਬੰਦਿਆਂ ਨੂੰ ਇਟਲੀ ਦੇ ਵਿੱਚ ਲਿਆਇਆ ਜਾਂਦਾ ਇਹ ਸਾਰੀਆਂ ਸਿਚੁਏਸ਼ਨ ਉਹ ਨੇ ਜਿਨ੍ਹਾਂ ਨੂੰ ਪਰਮੈਸੋ ਦੀ ਸਜੂਰਨ ਰੜੀ ਆ ਮਿਲ ਸਾਦੀ ਹੈ ਪ੍ਰੋਤੇਸਿਓਨ ਸਪੈਸ਼ਲ ਵਾਲੀ ਹੁਣ ਜਿਹੜੀ ਪ੍ਰੋਤੇਸਿਓਨ ਸਪੈਸ਼ਲ ਇਹਦਾ ਹੁੰਦਾ ਕੀ ਹੈ ਇਹਦਾ ਫਾਇਦਾ ਇਹ ਸੀ ਹੁਣ ਅਸੀਂ ਸੀ ਇਸ ਕਰਕੇ ਕਹਿ ਰਹੇ ਹਾਂ ਕਿਉਂਕਿ ਇਸ ਵਿੱਚ ਕਾਨੂੰਨ ਦੇਕਰੇ ਤੋਂ ਕੂਤਰੋ ਤੋਂ ਬਾਅਦ ਇਹਨੂੰ ਚੇਂਜ ਕੀਤਾ ਗਿਆ ਚੇਂਜ ਕਿਨ ਕੀਤਾ ਉਹੀ ਸਰਕਾਰ ਜੋ 2018 ਦੇ ਵਿੱਚ ਸੀਗੇ ਉਹਨਾਂ ਦੇ ਹੀ ਨੁਮਾਇंदे ਦੁਆਰਾ ਸਰਕਾਰ ਦੇ ਵਿੱਚ ਆ ਜਿਨ੍ਹਾਂ ਨੇ ਇਸ ਕਾਨੂੰਨ ਨੂੰ ਫਿਰ ਆਪਣੇ ਹਿਸਾਬ ਦੇ ਨਾਲ ਤੋਰ ਮੜੁਰ ਦਿੱਤਾ ਹੁਣ ਇਹ ਜਿਹੜੀ ਸੁਝੋਰ ਨੂੰ ਮਿਲਦੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਮੇਨ ਗੱਲ ਕੀ ਹੈ ਜੀ ਇਸ ਸੁਝੋਰ ਨੂੰ ਦੇ ਨਾਲ ਆਪਣੇ ਵੀਰ ਇੰਡੀਆ ਜਾਂ ਪਾਕਿਸਤਾਨ ਵੀ ਜਾ ਸਕਦੇ ਆ ਕਾਫੀ ਆਪਣੇ ਵੀਰ ਗਏ ਨੇ ਸਾਨੂੰ ਜਿਨ੍ਹਾਂ ਨਾਲ ਸਾਡੀ ਜਿਨ੍ਹਾਂ ਦੇ ਨਾਲ ਗੱਲ ਹੋਈ ਆ ਇਹ 2 ਸਾਲ ਦੇ ਪੇਪਰ ਮਿਲਦੇ ਆ ਰੀਨਿਊ ਹੋ ਜਾਂਦੇ ਆ ਪਰ ਇਹ ਚਾਂਸ ਹੁੰਦੇ ਆ ਕਿ ਇਹ ਰੀਨਿਊ ਨਾ ਹੋਣ ਹੁਣ ਇਹਦਾ ਚਾਂਸ ਕੀ ਆ ਜੀ ਕਮਿਸ਼ਨ ਦੇ ਵਿੱਚ ਜਾ ਕੇ ਦੱਸਣਾ ਪੈਂਦਾ ਉਹ ਤੁਹਾਨੂੰ ਪੁੱਛਣਗੇ ਸਵਾਲ ਪੁੱਛਣਗੇ ਉਹਨਾਂ ਦੇ ਜਵਾਬ ਦੇਣੇ ਤੇ ਉਹ ਤੁਹਾਡੀ ਰਿਜੈਕਟ ਵੀ ਕਰ ਸਕਦੇ ਆ ਜੇਕਰ ਤੁਹਾਡੇ ਪੇਪਰਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਕਿ ਤੁਹਾਨੂੰ ਪੇਪਰ ਦੁਬਾਰਾ ਨਹੀਂ ਮਿਲਣੇ ਤਾਂ ਫਿਰ ਤੁਹਾਨੂੰ ਵਕੀਲ ਕਰਨਾ ਪੈਣਾ ਤੇ ਫਿਰ ਉਹੀ ਤੁਹਾਡੇ 2-4 ਸਾਲ ਲੰਗੇ ਜਾਣੇ ਇਹ ਤਾਂ ਨੁਕਸਾਨ ਕੀਆ ਇਸ ਸਜੋੜ ਨੂੰ ਤਾਂ ਨੁਕਸਾਨ ਇਹ ਆ ਕਿ ਪਹਿਲਾਂ ਇਸ ਨੂੰ ਅਸੀਂ ਕੰਮ ਵਾਲੀ ਸਜੋੜ ਨੂੰ ਦੇ ਵਿੱਚ ਬਦਲ ਸਕਦੇ ਸੀ ਤੇ ਹੁਣ ਇਸ ਨੂੰ ਜਿਹੜਾ ਕੰਮ ਵਾਲੀ ਸਜੋੜ ਨੂੰ ਦੇ ਵਿੱਚ ਬਦਲਿਆ ਨਹੀਂ ਜਾ ਸਕਦਾ ਸਿਰਫ ਅਤੇ ਸਿਰਫ ਪ੍ਰੋਟੈਕਸ਼ਨੇ ਸਪੇਚਾਲੇ ਹੀ ਬਣ ਕੇ ਰਹਿ ਜਾਂਦਾ ਇੱਕ ਬਹੁਤ ਵੱਡਾ ਗੈਪ ਅਸੀਂ ਕਹਿ ਸਕਦੇ ਹਾਂ ਬਹੁਤ ਵੱਡਾ ਲੂਪ ਲੂਪੋਲੇ ਯੂਨੀਵਰਸਿਟੀ ਕਿਹਾ ਜਾ ਸਕਦਾ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਸ ਦਾ ਸਾਹਮਣਾ ਆਪਣੇ ਵੀਰਾਂ ਨੂੰ ਕਰਨਾ ਪੈਣਾ ਕਿਉਂਕਿ ਜ਼ਿਆਦਾਤਰ ਆਪਣੇ ਵੀਰਾਂ ਨਾਲ ਜਿਨ੍ਹਾਂ ਦੀ ਸਾਡੀ ਗੱਲ ਹੋਈ ਹੈ ਕੋਈ 2000 ਕੋਈ 4000 ਕਿਸੇ ਤੋਂ 6000 ਪੈਸੇ ਲੈ ਕੇ ਇਹੀ ਜਿਹੜੀ ਸਜ਼ੋਰ ਨੂੰ ਦਵਾਈ ਜਾ ਰਹੀ ਹੈ ਦਵਾਈ ਜਾ ਰਹੀ ਹੈ ਜਦ ਵਕੀਲ ਦੇ ਰਾਹੀਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਇਹ ਜਿਹੜੀ ਸਜ਼ੋਰ ਨੂੰ ਮਿਲਣੀ ਹੈ ਜਿਸ ਦੇ ਨਾਲ ਹੋਣਾ ਕੀ ਹੈ ਜੀ ਐਂਡ ਤੇ ਉਹਨਾਂ ਨੂੰ 2 ਸਾਲ ਦੀ ਸਜ਼ੋਰ ਨੂੰ ਮਿਲਣੀ ਹੈ 2 ਸਾਲ ਦੀ ਸਜ਼ੋਰ ਨੂੰ ਤੋਂ ਬਾਅਦ ਉਹ ਸਜ਼ੋਰ ਨੂੰ ਇਹ ਵੀ ਹੋ ਸਕਦਾ ਕਿ ਰੀਨਿਊ ਹੋ ਜਾਵੇ ਇਹ ਹੋ ਵੀ ਸਕਦਾ ਕਿ ਉਸ ਨੂੰ ਕੈਨਸਲ ਕਰ ਦਿੱਤਾ ਜਾਵੇ ਤੇ ਫਿਰ ਵਕੀਲ ਦੇ ਚੱਕਰਾਂ ਦੇ ਵਿੱਚ ਤੇ ਫਿਰ ਜੇਕਰ ਤੁਸੀਂ ਉਹੀ ਆਪਣੇ ਏਜੰਟ ਦੇ ਕੋਲ ਗਏ ਤਾਂ ਜੇਕਰ ਉਹਨੇ ਤੁਹਾਡੇ ਕੋਲ ਪਹਿਲਾਂ 4000 ਲਿਆ ਤਾਂ ਅਗਲੀ ਵਾਰ ਨੂੰ ਉਹਨੇ ਕੱਟ ਨਹੀਂ ਕਰਨੀ ਇਹ ਜਿਹੜੀ ਸਜ਼ੋਰ ਨੂੰ ਆ ਇਹ ਹੁਣ ਚੇਂਜ ਨਹੀਂ ਹੋ ਸਕਦੀ ਕੰਮ ਵਾਲੀ ਸਜ਼ੋਰਨੋ ਦੇ ਵਿੱਚ ਇਸ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਪਹਿਲਾਂ ਕੀਤਾ ਜਾ ਸਕਦਾ ਹੈ 11 ਮਾਰਚ 2023 ਤੋਂ ਬਾਅਦ ਜਿਨ੍ਹਾਂ ਵੀ ਬੰਦਿਆਂ ਨੇ ਇਸ ਪ੍ਰੋਟੈਕਸ਼ਨ ਸਪੈਸ਼ਲ ਦਾ ਦੁਮੰਦਾ ਕੀਤਾ ਹੋਵੇ ਉਹਨਾਂ ਨੂੰ ਪ੍ਰੋਟੈਕਸ਼ਨ ਸਪੈਸ਼ਲ ਮਿਲਣ ਦੇ ਚਾਂਸ ਜ਼ੀਰੋ ਆ ਉਹ ਇਸ ਕਰਕੇ ਕਾਨੂੰਨ ਜਿਹੜਾ ਦਿਖਰੇ ਤੋਂ ਕੁੱਤਰ ਹੋਇਆ ਸੀ ਹੁਣ ਇੱਕ ਵਾਰ ਯਾਦ ਕਰਾਂ ਨੇ ਇਟਲੀ ਦੇ ਵਿੱਚ ਕੁੱਤਰੋ ਕਾਂਡ ਹੋਇਆ ਜਿਹਦੇ ਵਿੱਚ ਕਿਸ਼ਤੀ ਡੁੱਬਣ ਦੇ ਨਾਲ ਬਹੁਤ ਸਾਰੇ ਬੰਦੇ ਡੁੱਬ ਕੇ ਮਰ ਗਏ ਬਹੁਤ ਸਾਰੇ ਬੰਦਿਆਂ ਦੀ ਮੌਤ ਹੋਈ 2 3 4 ਇੱਕ ਹਫ਼ਤਾ ਲਗਾਤਾਰ ਲੋਕਾਂ ਦੀਆਂ ਲਾਸ਼ਾਂ ਸਮੁੰਦਰ ਦੇ ਕੰਢਿਆਂ ਤੋਂ ਮਿਲਦੀਆਂ ਰਹੀਆਂ ਜਿਸ ਤੋਂ ਬਾਅਦ ਇਟਲੀ ਨੇ ਇੱਕ ਕਾਨੂੰਨ ਬਣਾਇਆ ਜਿਸ ਨੂੰ ਦਿਖਰੇ ਤੋਂ ਕੁੱਤਰੋ ਦਾ ਨਾਂ ਦਿੱਤਾ ਗਿਆ ਇਸ ਕਰਕੇ 11 ਮਾਰਚ 2023 ਤੋਂ ਬਾਅਦ ਜਿਨ੍ਹਾਂ ਵੀ ਆਪਣੇ ਵੀਰਾਂ ਨੇ ਜੇਕਰ ਕਿਸੇ ਏਜੰਟਾ ਦੇ ਕੋਲ ਪੈਸੇ ਦਿੱਤੇ ਆ ਕਿ ਤੁਹਾਨੂੰ ਪਰੋਤਿਤ ਸੋਨੇ ਸਪਿਚਾਲੇ ਦਿਵਾਣੀਆਂ ਤੇ ਉਹਨਾਂ ਦੀ ਮਿਲਣੀ ਜ਼ੀਰੋ ਬਰਾਬਰ ਜੇਕਰ ਕਿਸੇ ਨੇ ਪਹਿਲਾਂ ਕੀਤਾ ਹੋਵੇ ਦਮਾਂਦਾ ਤੇ ਉਹਦੇ ਫਿੰਗਰ ਵਗੈਰਾ ਹੋ ਗਏ ਹੁਣ ਤਾਂ ਉਹਨਾਂ ਨੂੰ ਮਿਲਣ ਦੇ ਹੁਣ ਵੀ ਚਾਂਸ ਹੈਗੇ ਆ ਦੂਜਾ ਸਭ ਤੋਂ ਵੱਡਾ ਸਵਾਲ ਜੋ ਪੁੱਛਿਆ ਜਾਂਦਾ ਕਿ ਜਿਹੜੀ ਇਹ ਸਜੋੜ ਨੂੰ ਸਾਨੂੰ ਮਿਲਦੀ ਹੈ ਪ੍ਰੋਟੈਕਸ਼ਨ ਸਪਿਚਾਲੇ ਵਾਲੀ ਜਿਸ ਨੂੰ ਕਿਹਾ ਜਾਂਦਾ ਕੀ ਇਸ ਸਜੋੜ ਨੂੰ ਦੇ ਨਾਲ ਅਸੀਂ ਕੰਮ ਕਰ ਸਕਦੇ ਹਾਂ ਹਾਂਜੀ ਇਹ ਜਿਹੜੀ ਸਜੋੜ ਨੂੰ ਇਹਦੇ ਨਾਲ ਕੰਮ ਕੀਤਾ ਜਾ ਸਕਦਾ ਤੁਸੀਂ ਇਟਲੀ ਚ ਘੁੰਮ ਸਕਦੇ ਜਿੱਥੇ ਮਰਜੀ ਜਾ ਸਕਦੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਰੋਕ ਟੋਕ ਨਹੀਂ ਹੈ ਤੁਹਾਡਾ ਪਾਸਪੋਰਟ ਜੇਕਰ ਦਮਾਂਦਾ ਕਰਨ ਵੇਲੇ ਜਦੋਂ ਤੁਸੀਂ ਅਰਜੀ ਭਰੀ ਸੀਗੀ ਕਿ ਸਾਨੂੰ ਇਹ ਚਾਹੀਦਾ ਪ੍ਰੋਟੈਕਸ਼ਨ ਕੋਸਤੂ ਨੇ ਇਹ ਰੱਖ ਲਿਆ ਹੋਵੇ ਤਾਂ ਉਸ ਸਿਚੁਏਸ਼ਨ 'ਚ ਤੁਹਾਨੂੰ ਬਾਸ ਵੀ ਦੇ ਦਿੱਤਾ ਜਾਂਦਾ ਹੁਣ ਬਹੁਤ ਵਾਰ ਜਦੋਂ ਆਪਣੇ ਵੀਰਾਂ ਨੂੰ ਦੱਸਿਆ ਜਾਂਦਾ ਕਿ ਤੁਹਾਡਾ ਪਾਸਪੋਰਟ ਰੱਖ ਲੈਣਾ ਤੇ ਉਸ ਟਾਈਮ ਡਰ ਜਾਂਦੇ ਆ ਕਿ ਸ਼ਾਇਦ ਸਾਨੂੰ ਡਿਪੋਰਟ ਕਰਨ ਦੇ ਲਈ ਸਾਡਾ ਪਾਸਪੋਰਟ ਰੱਖਿਆ ਜਾਣਾ ਇਹਦੇ ਬਾਰੇ ਆਪਣੇ ਕਪਲ ਭਾਜੀ ਨੇ ਵੀ ਦੱਸਿਆ ਸੀਗਾ ਆਪਣੀ ਜਿਹੜੀ ਇੱਕ ਇੰਟਰਵਿਊ ਜੀ ਤੁਸੀਂ ਸੁਣੀ ਹੋਣੀ ਹੈ ਕਿ ਪਾਸਪੋਰਟ ਉਹ ਤਾਂ ਰੱਖਤੇ ਜਿਸ ਟਾਈਮ ਅਸੀਂ ਇਟਲੀ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਆਪਨਾ ਦੁਮਾਂਦਾ ਕਰਦੇ ਆ ਐਪਲੀਕੇਸ਼ਨ ਭਰਦੇ ਆ ਕਿ ਸਾਨੂੰ ਪ੍ਰੋਟੈਕਸ਼ਨ ਚਾਹੀਦਾ ਉਸ ਬੇਲੇ ਉਸ ਦਿਨ ਉਸ ਸਮੇਂ ਤੋਂ ਉਹ ਦੇਸ਼ ਸਾਡੇ ਲਈ ਜ਼ਿੰਮੇਵਾਰੀ ਹੁੰਦਾ ਜੇਕਰ ਜਿਸ ਬੰਦੇ ਨੇ ਦੁਮਾਂਦਾ ਕੀਤਾ ਉਹਨੂੰ ਕੁਝ ਹੋ ਜਾਂਦਾ ਤਾਂ ਉਹਦਾ ਜ਼ਿੰਮੇਵਾਰ ਉਹ ਦੇਸ਼ ਹੁੰਦਾ ਇਸ ਕਰਕੇ ਉਹ ਬੰਦੇ ਦਾ ਪਾਸਪੋਰਟ ਲੈ ਕੇ ਰੱਖ ਲੈਂਦਾ ਕਿ ਬੰਦਾ ਇੱਥੇ ਇਟਲੀ ਦੇ ਵਿੱਚ ਰਹੂਗਾ ਤਾਂ ਇਹਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਉਸ ਤੋਂ ਬਾਅਦ ਰਹਿਣਾ ਸਹਿਣਾ ਖਾਣਾ ਪੀਣਾ ਤੇ ਸਖਲਾਈ ਦੀ ਜ਼ਿੰਮੇਵਾਰੀ ਵੀ ਇਟਲੀ ਦੀ ਹੁੰਦੀ ਹੈ ਆਪਣੇ ਵੀਰਾਂ ਨੂੰ ਇਹਨਾਂ ਚੀਜ਼ਾਂ ਬਾਰੇ ਘੱਟ ਪਤਾ ਪ੍ਰੋਜੈਕਟ ਹੁੰਦੇ ਆ ਫਰੀ ਦੇ ਵਿੱਚ 5-6 ਮਹੀਨੇ ਲਾਣੇ ਪੈਂਦੇ ਆ ਉਸ ਤੋਂ ਬਾਅਦ ਕੰਮ ਵੀ ਲੱਭ ਕੇ ਦਿੰਦੇ ਆ ਦੂਜਾ ਸਵਾਲ ਇਹਦਾ ਪ੍ਰੋਸੈਸ ਨੂੰ ਟਾਈਮ ਕਿੰਨਾ ਲੱਗਦਾ ਦੇਖੋ ਇਹਦਾ ਜਿਹੜਾ ਪ੍ਰੋਸੈਸ ਆ ਇਸ ਨੂੰ ਟਾਈਮ ਡਿਪੈਂਡ ਕਰਦਾ ਤੁਸੀਂ ਕਿਹੜੇ ਏਰੀਆ ਦੇ ਵਿੱਚ ਆ 2 ਮਹੀਨੇ ਤੱਕ ਬਿਲਕੁਲ ਨਹੀਂ ਲੱਗਦੇ ਜੇਕਰ ਤੁਹਾਨੂੰ ਕੋਈ ਕਹਿੰਦਾ 6 ਮਹੀਨੇ ਬਿਲਕੁਲ ਨਹੀਂ ਲੱਗਦੇ ਘੱਟ ਤੋਂ ਘੱਟ ਸਾਲ 2 ਸਾਲ ਜਾਂ 3 ਸਾਲ ਦਾ ਟਾਈਮ ਲੱਗਦਾ। ਅੱਛਾ ਉਸ ਤੋਂ ਪਹਿਲਾਂ ਇੱਕ ਪੀਲੇ ਰੰਗ ਦੀ ਸਜ਼ੋਰ ਨੂੰ ਮਿਲਦੀ ਆ ਪੀਲੇ ਰੰਗ ਦਾ ਪੇਪਰ ਮਿਲਦਾ। ਉਸ ਪੇਪਰ ਨੂੰ ਕੀ ਅਸੀਂ ਨਾਰਮਲ ਪੇਪਰਾਂ ਦੇ ਵਿੱਚ ਕਨਵਰਟ ਕਰ ਸਕਦੇ ਹਾਂ ਨਹੀਂ ਕਰ ਸਕਦੇ। ਇਹ ਸਵਾਲ ਆ ਜੋ ਕਮੈਂਟਾਂ ਦੇ ਵਿੱਚ ਪੁੱਛਿਆ ਗਿਆ ਕਿ ਭਾਜੀ ਜਿਹੜਾ ਇੱਕ ਪੀਲੇ ਰੰਗ ਦੀ ਸਲਿੱਪ ਸਾਨੂੰ ਅਜ਼ੀਲ ਵਾਲੀ ਰਿਕਵੈਸਟ ਵਾਲੀ ਮਿਲਦੀ ਆ ਕਿ ਉਹਨੂੰ ਅਸੀਂ ਚੇਂਜ ਕਰਾ ਸਕਦੇ ਹਾਂ ਨਹੀਂ ਜੀ ਉਹ ਚੇਂਜ ਨਹੀਂ ਹੋਣੀ। ਜਿੰਨਾ ਟਾਈਮ ਤੁਹਾਨੂੰ ਆਫੀਸ਼ੀਅਲੀ ਤੌਰ ਤੇ ਦੂਸਰੀ ਸਜ਼ੋਰ ਨੂੰ ਨਹੀਂ ਮਿਲਦੀ ਉਹਨਾ ਟਾਈਮ ਤੁਹਾਨੂੰ 6-6 ਮਹੀਨਿਆਂ ਦੀ ਵੈਲਿਡਿਟੀ ਦੀ ਉਹ ਜਿਹੜੀ ਆ ਸਲਿੱਪ ਮਿਲ ਜਣੀ ਆ। ਤੇ ਉਹ ਇੱਕ ਤੁਹਾਡੀ ਸਜੋਰ ਨੂੰ ਆ ਉਸ ਤੇ ਤੁਹਾਡਾ ਕੰਟਰੈਕਟ ਹੋ ਸਕਦਾ ਉਹਦੇ ਉੱਤੇ ਤੁਹਾਡਾ ਰੈਜ਼ੀਡੈਂਸਾ ਵਨ ਸਕਦਾ ਡਾਕਟਰੀ ਕਾਰਡ ਬਣ ਸਕਦਾ ਤੁਹਾਡਾ ਬੈਂਕ ਅਕਾਊਂਟ ਖੁੱਲ ਸਕਦਾ ਹਰ ਇੱਕ ਕੰਮ ਹੋ ਸਕਦਾ ਮੇਨ ਗੱਲ ਇਹ ਆ ਕਿ ਇਹ ਜਿਹੜੀਆਂ ਪਰੋਤਿਤ ਸੁਨਿਸ ਪਿਚਾਲੇ ਵਾਲੀਆਂ ਸਜੋਰ ਨੂੰ ਨੇ ਸਰਕਾਰ ਨੇ ਇਹਨਾਂ ਨੂੰ ਬੰਦ ਕਰਨਾ ਇਹ ਕਹਿ ਰਹੇ ਨੇ ਕਿ ਅਸੀਂ ਇਹ ਕੈਟਾਗਰੀ ਬੰਦ ਕਰ ਦੇਣੀ ਹੈ ਜਿਸ ਟਾਈਮ ਨਵੀਂ ਸਰਕਾਰ ਆਊਗੀ ਉਹਨਾਂ ਨੇ ਦੁਬਾਰਾ ਖੋਲ ਦੇਣੀ ਹੈ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਹੈ ਕਿ ਤੁਹਾਨੂੰ ਹਰ ਇੱਕ ਮਮਕਨ ਜਿਹੜੀ ਇਨਫੋਰਮੇਸ਼ਨ ਇਹਦੇ ਬਾਰੇ ਜੋ ਹੈ ਦਿੱਤੀ ਜਾਵੇ ਜੇਕਰ ਫਿਰ ਵੀ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਉਹਦੇ ਬਾਰੇ ਅਸੀਂ ਕੋਸ਼ਿਸ਼ ਕਰਾਂਗੇ ਫਿਰ ਆਪਣੇ ਵੱਲੋਂ ਸਰਚ ਕਰਨ ਦੀ ਅਤੇ ਤੁਹਾਡੇ ਤੱਕ ਅਸਲੀਅਤ ਪਹੁੰਚਾਉਣ ਦੀ ਤੁਸੀਂ ਸੁਣ ਰਹੇ ਹੋ ਜੀ ਕੁਲਵੀਰ ਸਿੰਘ ਦੇ ਨਾਲ ਚੈਨਲ ਇਥਾ ਪੰਜਾਬੀ ਮਿਲਦੇ ਆਂ ਅਸੀਂ ਆਪਣੇ ਅਗਲੇ ਅਪੀਸੋਡ ਦੇ ਵਿੱਚ ਉਹ ਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੇ ਇਟਾਲੀ ਦੀਆਂ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿੰਕ ਜ਼ਰੂਰ ਡਾਊਨਲੋਡ ਕਰ ਲਿਓ